सिंगा वाला मोगे का मशहूर ढाबा भरावां दा शुद्ध वैष्णो ढाबा जो कि कोटकपूरा रोड ते है। हाईवे ते होण करके ज्यादातर ड्राइवर इस ढाबे ते खाना खान लई रुकदे ने। भरावां दा ढाबा ड्राइवरां दे ढाबे दे नाम नाल भी मशहूर है। ये ढाबा अपने लाजवाब स्वाद ले खाने लई मशहूर है। वधिया क्वालिटी का खाना वाजिब दाम ते मिलदा है। पार्किंग लई इत्थे काफ़ी खुली जगह है। ये ढाबा दिन दुगनी ते रात चौगनी तरक्की कर रहा है। सारी टीम ने हाजिर खाना खान वाले अनु भी पूछा तो उन्होंने दसिया कि इत्थे दा खाना बहुत स्वादला है और साफ सफाई का बहुत ध्यान रखा जाता है। भरावां दा ढाबा जो भरावां दा ढाबा ना ला के आउंदा ते ड्राइवर भरावां दा ढाबा ही होवे। जिस तरीके दे नाल आपां देखदे आ कि दूरों दूरों जिहड़ी है गड्डियां इत्थे आउंदियां। तुसीं कहिड़ी जगह तों आए हो, की कहना चाहोगे? महसूस करते हैं सानू कोई रात कटनी पवे कुछ भी होवे, ठीक है ना, सानू मतलब असीं आपदे आप नूं इत्थे सेफ। सब तो वड्डी गल असीं इह समझे कि पार्किंग दी इतनी वड्डी फैसिलिटी हैगी है, इत्थे बाथरूम फ्लैचे जिहड़े वधिया बणे। ਹਾਂਜੀ ਬਹੁਤ ਵਧੀਆ ਬਣੇ, ਯਾਨੀ ਕਿ ਇਹੋ ਜਿਹੀ ਸਹੂਲਤ ਕਿਤੇ ਨਹੀਂ ਮਿਲਦੀ ਸਾਨੂੰ, ਵਧੀਆ ਮਿਲਦਾ। ਸਾਡਾ ਕੋਈ ਸਾਧਨ ਗੱਡੀ ਵਗੈਰਾ ਵੀ ਸਾਡੀ ਸਾਈਡ 'ਤੇ ਕੋਈ ਖੜ੍ਹਦੀ ਹੈਗੀ, ਸਾਰੀ ਸਹੂਲਤ ਵੀ ਸਾਨੂੰ ਇੱਥੇ ਮਿਲਦੀ, ਸਭ ਕੁਛ ਸਹੀ ਹੈ। ਅਗਰ ਆਪਾਂ ਵਾਈਟ ਮੱਖਣ ਦੀ ਗੱਲ ਕਰ ਲਈਏ, ਪਨੀਰ ਦੀ ਗੱਲ ਕਰ ਲਈਏ, ਖੋਏ ਦੀ ਗੱਲ ਕਰ ਲਈਏ, ਦੁੱਧ ਦੀ ਗੱਲ ਕਰ ਲਈਏ, ਤਾਂ ਸਾਰੀਆਂ ਚੀਜ਼ਾਂ ਦੇ ਵਿੱਚ ਜਾਣ ਹੈਗੀ ਪੂਰੀ। ਮੈਂ ਨਾ ਪੂਰੀ ਵਧੀਆ ਚੀਜ਼ਾਂ, ਸਾਰਾ ਖਾਣਾ ਪੂਰਾ ਵਧੀਆ। ਇੱਕ ਜੀ ਜਿਹੜਾ ਇੱਥੇ ਮੇਨ ਚੀਜ਼ ਹੈ ਵੀ ਕਾਜੂ ਵਾਲਾ ਦੁੱਧ ਮਿਲਦਾ, ਸ਼ਾਮ ਨੂੰ ਅਸੀਂ ਘਰਾਂ 'ਚ ਪੀਂਦੇ ਹਾਂ, ਸਾਨੂੰ ਆਦਤ ਹੁੰਦੀ ਹੈ ਨਾ ਵੀ ਯਾਰ ਦੁੱਧ ਪੀਤੇ ਬਿਨਾਂ, ਜਿਹੜਾ ਬੰਦਾ ਘਰ ਚੀਜ਼ ਖਾਂਦਾ ਪੀਂਦਾ ਉਹਨੂੰ ਉਹਦੇ ਬਿਨਾਂ ਨੀਂਦ ਨਹੀਂ ਆਉਂਦੀ ਜਾਂ ਜੱਕ ਜੀ ਨਹੀਂ ਆਉਂਦੀ, ਹੈ ਨਾ। ਮਤਲਬ ਇੱਥੇ ਉਹੀ ਚੀਜ਼ ਮਿਲਦੀ ਹੈ, ਅਸੀਂ ਸ਼ਾਮ ਨੂੰ ਕਿਹੜਾ ਇੱਥੇ ਪੈਣਾ ਹੁੰਦਾ, ਅਸੀਂ ਦੁੱਧ ਦੁੱਧ ਪੀ ਕੇ ਵਧੀਆ ਆਪਦਾ ਯਾਨੀ ਕਿ ਵਧੀਆ ਪਈਏ। ਵਧੀਆ ਤਰੀਕੇ ਦੇ ਨਾਲ ਜਿਹੜਾ ਹੈਗਾ ਖਾਣਾ ਖਾ ਰਿਹਾ, ਮੱਖਣ ਦੀ ਪੇਟ ਨਾ ਰੱਖੀ ਵੀ ਕਿਵੇਂ ਲੱਗ ਰਿਹਾ? ਵਧੀਆ ਲੱਗ ਰਿਹਾ ਜੀ। ਹੋਟਲ 'ਤੇ ਆਓ, ਦੁੱਧ ਪੀਓ, ਬਦਾਮ ਵਾਲਾ ਰੋਟੀ ਖਾਓ ਵਧੀਆ ਜਲਦੀ, ਅਤੇ ਦੁੱਧ ਬਦਾਮ ਵਾਲਾ ਦੁੱਧ ਠੰਡਾ ਵੀ ਮਿਲ ਜਾਂਦਾ ਰਾਤ ਨੂੰ, ਗਰਮ ਮਿਲਦਾ ਕੜਾਹੀ ਵਾਲਾ ਜੀ, ਰੋਟੀ ਦਾ ਹੈਗਾ ਆਟਾ ਵੀ ਆਉਣ ਲੱਗਦਾ ਜਿਵੇਂ ਘਰ ਦੇ ਖਾਂਦੇ ਹਾਂ, ਮਤਲਬ ਹਰ ਚੀਜ਼ ਦੇ ਵਿੱਚ ਮਿਰਚ ਮਸਾਲੇ ਵੀ ਸਹੀ ਆ, ਵਧੀਆ ਜੀ ਵਧੀਆ। ਅਗਲੀ ਕਿੱਦਾਂ ਲੱਗਿਆ ਤੁਹਾਨੂੰ ਖਾ ਕੇ? ਬਹੁਤ ਵਧੀਆ ਜੀ, ਬਹੁਤ ਵਧੀਆ, ਬਹੁਤ ਵਧੀਆ ਰੋਟੀ ਖਾਉਂਦੇ ਆ ਜੀ, ਔਰ ਪੂਰਾ ਆਨੰਦ ਆ ਜਾਂਦਾ ਘਰ ਵਾਂਗੂ ਜੀ, ਘਰ ਵਾਂਗ ਹੀ ਰੋਟੀ ਆ ਬਿਲਕੁਲ। ਔਰ ਖਾਸ ਕਰਕੇ ਡਰਾਈਵਰਾਂ ਨਾਲ ਜ਼ਿਆਦਾ ਪਿਆਰ ਕਰਦੇ ਆ, ਇਹ ਗੱਲ ਆਪਾਂ ਮੰਨਦੇ ਹਾਂ? ਹਾਂਜੀ ਹਾਂਜੀ, ਇਹ ਗੱਲ ਮੰਨਣ ਵਾਲੀ ਆ ਜੀ, ਵੀ ਡਰਾਈਵਰ ਇਹ ਡਰਾਈਵਰ ਭਰਾਵਾਂ ਦਾ ਢਾਬਾ ਵੀ ਆਪਾਂ ਮੰਨੀਏ? ਹਾਂਜੀ ਹਾਂਜੀ, ਡਰਾਈਵਰ ਭਰਾ ਦਾ ਬਿਲਕੁਲ ਸਹੀ ਗੱਲ ਹੈ। ਸਾਰਿਆਂ ਨੂੰ ਭਰਾ ਬਣਾ ਲਿਆ, ਤੁਸੀਂ ਤਾਂ ਦੋਨੇ ਸਕੇ ਭਾਈ ਆ, ਔਰ ਇੰਨਾ ਇੱਕ ਦੂਜੇ ਦੇ ਨਾਲ ਕੰਪਨੀ ਮਿਸ਼ਨ ਚੱਲਦੇ ਹੋ, ਬਜ਼ੁਰਗਾਂ ਨੂੰ ਇਸ ਗੱਲ 'ਚ ਖੁਸ਼ੀ ਹੁੰਦੀ ਹੈ, ਔਰ ਹਰੇਕ ਬੰਦੇ ਦੇ ਨਾਲ ਤੁਹਾਡਾ ਅਟੈਚਮੈਂਟ ਜਿਹੜੀ ਹੈਗੀ, ਜਿਵੇਂ ਵੀਰੇ ਨੇ ਕਹਿਤਾ ਉਵੇਂ ਤਥਾਸਤੂ, ਤੁਸੀਂ ਕਹਿਤਾ ਵੀਰੇ ਦਾ ਤਥਾਸਤੂ, ਕੀ ਕਹਿਣਾ ਚਾਹੋਗੇ? ਹਾਂਜੀ, ਬਹੁਤ ਵਧੀਆ, ਸਾਡਾ ਪਰਿਵਾਰ ਦਾ ਰਿਲੇਸ਼ਨ ਚੱਲਦੇ ਆ, ਅਤੇ ਸਾਰੇ ਰਲ ਮਿਲ ਕੇ ਰਹਿੰਦੇ ਆ, ਸਾਰੇ ਸੇਵਾ ਕਰਦੇ ਆ, ਸਾਰੇ ਜਿਹੜੇ ਆਪਣਾ ਜੋ ਢਾਬੇ ਦੇ ਵਿੱਚ ਆਪਣਾ ਪਰਿਵਾਰ ਆ ਸਾਰਾ ਹਰੇ ਯੋਗ। ਵੀਰ ਜੀ, ਇੱਥੇ ਕਿਸੇ ਨੂੰ ਮੁਲਾਜ਼ਮ ਨਹੀਂ ਸਮਝਿਆ ਜਾਂਦਾ, ਔਰ ਸਾਰੇ ਬੰਦਿਆਂ ਦਾ ਰਿਸਪੈਕਟ ਜਿਹੜੀ ਹੈਗੀ ਆ, ਜਿਹੜੇ ਵੇਟਰ ਵੀ ਹੈਗੇ ਉਹਨਾਂ ਨੂੰ ਵੀ ਭਰਾਵਾਂ ਨਾਲ ਵੱਧ ਰਿਸਪੈਕਟ ਦਿੱਤੀ ਜਾਂਦੀ ਹੈ, ਕੁੱਕ ਨੂੰ ਭਰਾਵਾਂ ਨਾਲ ਵੱਧ ਰਿਸਪੈਕਟ ਦਿੱਤੀ ਜਾਂਦੀ ਆ, ਔਰ ਗ੍ਰਾਹਕ ਨੂੰ ਤਾਂ ਇੰਨਾ ਜ਼ਿਆਦਾ ਮਾਣ ਸਤਿਕਾਰ ਹੁੰਦਾ ਇੱਥੇ, ਤੁਸੀਂ ਰੋਜ਼ ਕੌਂਸਲ ਕਰਦੇ ਹੋ ਆਪਣੇ ਬੰਦਿਆਂ ਨੂੰ ਵੀ ਪਿਆਰ ਦੇ ਨਾਲ, ਬਾਈ ਆਪਣੇ ਕੋਲ ਆਉਂਦੇ ਬੜੀ ਦੂਰੋਂ ਦੂਰੋਂ ਲੋਕ, ਬਹੁਤ ਦੂਰੋਂ ਦੂਰੋਂ ਆਉਂਦੇ ਆ, ਸਾਰੇ ਆਪਣੇ ਜਿੰਨੇ ਵੀ ਵਰਕਰ ਆ ਸਾਨੂੰ ਇਹ ਆਪਦੇ ਭਰਾ ਹੀ ਸਮਝਦੇ।
ਸਭ ਨਾਲ ਸਭ ਨੇ ਪਿਆਰ ਰੱਖੀ ਭਾਜੀ ਭਰਾਵਾਂ ਦਾ ਢਾਬਾ ਜਿਹੜਾ ਕਿ ਭਰਾਵਾਂ ਦਾ ਢਾਬਾ ਨਹੀਂ ਆਉਂਦਾ ਤੇ ਡਰਾਈਵਰ ਭਰਾਵਾਂ ਦਾ ਢਾਬਾ ਤੁਸੀਂ ਇੱਥੇ ਆਏ ਹੋ ਕੀ ਕਹਿਣਾ ਚਾਹੋਗੇ ਠੀਕ ਠਾਕ ਹੈ ਜੀ ਬਹੁਤ ਵਧੀਆ ਔਰ ਜੈ ਜੀ ਲੁੱਕ ਹੈਗੀ ਆ ਗੱਡੀ ਖੜਨ ਦਾ ਕੋਈ ਅੱਜ ਦਾ ਟੈਨਸ਼ਨ ਨਹੀਂ ਹੈਗੀ ਆ ਮਤਲਬ ਕੋਈ ਟੈਨਸ਼ਨ ਨਹੀਂ ਔਰ ਪੂਰਾ ਮਤਲਬ ਜਗ੍ਹਾ ਵੀ ਪੂਰੀ ਵਧੀਆ ਚੌਕੀਦਾਰ ਰਾਤ ਨੂੰ ਰੱਖਿਆ ਹੁੰਦਾ ਬਹੁਤ ਸੇਫਟੀ ਹੈ ਜੀ ਕੋਈ ਵੀ ਡਰ ਨਹੀਂ ਔਰ ਖਾਣਾ ਕਿਹੋ ਜਿਹਾ ਹੁੰਦਾ ਇਥੋਂ ਦਾ ਖਾਣਾ ਬਹੁਤ ਵਧੀਆ ਹੁੰਦਾ ਕੀ ਤੁਹਾਨੂੰ ਮਤਲਬ ਇਹਦਾ ਬੈਸਟ ਕੀ ਲੱਗਦਾ ਇਹਨਾਂ ਦਾ ਜਿਹੜਾ ਖਾਂਦੇ ਹੋ ਤੁਸੀਂ ਜਿਹੜਾ ਜੀ ਕਰਦਾ ਹੁੰਦਾ ਵੀ ਉੱਥੇ ਖਾਵਾਂਗੇ ਅਸੀਂ ਜੋ ਮਰਜ਼ੀ ਖਾਓ ਇੱਥੇ ਸਭ ਕੁਝ ਮਿਲਦਾ ਹੈ ਬਾਈ ਕਿਵੇਂ ਲੱਗਦਾ ਇੱਥੇ ਆ ਕੇ ਬਹੁਤ ਵਧੀਆ ਬਹੁਤ ਵਧੀਆ ਇਨਸਾਨ ਸਭ ਤੋਂ ਵੈਸ਼ਨੂ ਢਾਬਾ ਹਾਂ ਵੈਸ਼ਨੂ ਢਾਬਾ ਔਰ ਸਭ ਤੋਂ ਵੱਡੀ ਖਾਸਾ ਜੀ ਆਪੇ ਗੱਲ ਬੰਨੀ ਹੈ ਵੀ ਜਿਹੜਾ ਵੈਸ਼ਨੂ ਕਰਕੇ ਵੀ ਬਹੁਤ ਕੋਈ ਨਹੀਂ ਹੈ ਵੀ ਇੱਥੇ ਕੋਈ ਅੰਡੇ ਵਾਲਾ ਆ ਜੂ ਕੋਈ ਚਰਾਵ ਵਾਲਾ ਆ ਜੂ ਨਹੀਂ ਜੀ ਨਹੀਂ ਕੋਈ ਨਹੀਂ ਆਂਦਾ ਮਤਲਬ ਇਸ ਗੱਲ ਦੀ ਖੁਸ਼ੀ ਰਹਿੰਦੀ ਆਪਾਂ ਨੂੰ ਖਾਸੇ ਕਰਕੇ ਬਹੁਤ ਖੁਸ਼ੀ ਆਈ ਬਹੁਤ ਬਾਕੀ ਸਭ ਤੋਂ ਵੱਡੀ ਗੱਲ ਇਹ ਹੈ ਜੀ ਫੈਮਿਲੀ ਵਾਲਾ ਆ ਜੀ ठंडे पानी की हर एक चीज की उस तरीके बनाता भी जो भरावान के ढाबे की हरेक व्यंजन बहुत वधिया बनता वीर जी थोड़ा स्वागत है क्या कहना चाहोगे कैसा लग रहा है आपको यहाँ पर पंजाबी खाने हैं पंजाबी का बिल्कुल वैष्णु काम है कैसा लग रहा है क्या कहना चाहें सर ऐसा है कि हमने खाना कोई भी बनाते हैं तो पर हम अपना मन पसंद यानी कि अपना दिल लगा के बनाते हैं ग्राहक भी हमारा आए और अच्छी तरह से खाए हमारा कार्य करके जाए और कोई भी चीज़ हम यहाँ पे बनाते हैं तो अपना पनीर भी अपन खुद खाते हैं सर बाकी कोई भी चीज़ ऐसा नहीं कि अपना मतलब कि मिलावट कोई ऐसी चीज़ नहीं है और हर रोज़ नए नए टेस्ट ला रहे हो जो हर रोज़ नए टेस्ट लाते हो कभी किस तरह का टेस्ट है कभी किस तरह का टेस्ट है हाँ जी सर ये करना पड़ता है क्योंकि भाई अपना ਰੈਸਪੀ ਚੇਂਜ ਕਰਦੇ ਰਹਤੇ ਰੈਸਪੀ ਚੇਂਜ ਕਰਨਾ ਪੈਂਦਾ ਸਰ ਸਾਡੀ ਟੀਮ ਨੇ ਜਦੋਂ ਮਾਲਕ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਆਉਣ ਵਾਲੇ 2 ਮਹੀਨਿਆਂ 'ਚ ਢਾਬੇ 'ਚ ਇੱਕ ਕਿੱਟੀ ਹਾਲ ਵੀ ਤਿਆਰ ਕੀਤਾ ਜਾ ਰਿਹਾ ਹੈ ਬਾਈ ਜੀ ਅਗਰ ਆਪਾਂ ਗੱਲ ਕਰ ਲਈਏ ਕਿ ਇਹ 24 ਘੰਟੇ ਚੱਲਣ ਵਾਲਾ ਢਾਬਾ ਰਾਤ ਦਾ ਜਿਹੜਾ ਹੈਗਾ ਟੇਸਟ ਜਿਹੜਾ ਹੈਗਾ ਉਦੋਂ ਵੀ ਜ਼ਿਆਦਾ ਟੇਸਟੀ ਬਣਾਉਂਦੇ ਰਾਤ ਨੂੰ ਵੀ ਔਰ ਜਿਹੜੇ ਵੀ ਲੋਕ ਆਉਂਦੇ ਨੇ ਜਿਹੜੇ ਵੀ ਸਵਾਰੀਆਂ ਉਤਰਦੀਆਂ ਉਹ ਰਾਤ ਨੂੰ ਤਾਂ ਵੈਸੇ ਖਾ ਜਾਂਦੀਆਂ ਉਹਨਾਂ ਨੂੰ ਉਹ ਲੱਗਦਾ ਹੁੰਦਾ ਮਜਬੂਰੀ ਹੈ ਵੀ ਡਰਾਈਵਰ ਨੇ ਖੜਾ ਲਈ ਯਾਰ ਇੱਥੇ ਆ ਕੇ ਬੱਸ ਲੇਕਿਨ ਉਹ ਮੁੜ ਕੇ ਲੱਭਦੇ ਫਿਰਦੇ ਆ ਵੀ ਯਾਰ ਭਰਾਵਾਂ ਦੇ ਢਾਬੇ 'ਤੇ ਜਾ ਕੇ ਖਾਣਾ ਚਾਹੇ ਉਹ ਦੂਰ ਦੂਰ ਤੋਂ ਵੀ ਆਉਂਦੇ ਆ ਜਿਸ ਤਰੀਕੇ ਨਾਲ ਅਸੀਂ ਗੱਲ ਕੀਤੀ ਬਾਜੇ ਖਾਨੇ ਤੋਂ ਬੰਦੇ ਆਉਂਦੇ ਹੈਗੇ ਆ ਹੋਰ ਜਿਹੜਾ ਦੂਰੋਂ ਦੂਰੋਂ ਡਰਾਈਵਰ ਭਰਾ ਜਿਹੜੇ ਆਉਂਦੇ ਨੇ ਅਤੇ ਹੋਰ ਲੋਕ ਜਿਹੜੇ ਇੱਥੇ ਆਉਂਦੇ ਨੇ ਜੀ ਇੱਕ ਤਾਂ ਆਪਣਾ ਰੇਟ ਵਾਜਬ ਰਹਿੰਦਾ ਜੀ ਆਪਾਂ ਕਦੇ ਵੀ ਇਹ ਨਹੀਂ ਕਰਦੇ ਵੀ ਬੱਸਾਂ ਆ ਗਈਆਂ ਤਾਂ ਉਹਨੂੰ ਲੁੱਟ ਲਓ ਆਪਣਾ ਮੀਨੂ 'ਤੇ ਹੀ ਚੱਲਦਾ ਦਿਨ ਵੀ ਉਹੀ ਰੇਟ 'ਤੇ ਰਾਤ ਨੂੰ ਵੀ ਉਹੀ ਰੇਟ 'ਤੇ ਇੱਕੋ ਹੀ ਰੇਟ 'ਤੇ ਖਿਲਾਉਂਦੇ ਹਾਂ ਅਤੇ ਬਾਕੀ ਦੂਸਰਾ ਨੰਬਰ ਇਹ ਹੈ ਵੀ ਆਪਾਂ ਕੁਆਲਿਟੀ 'ਚ ਕਦੇ ਨਹੀਂ ਕਨਵੈਸ ਨਹੀਂ ਕਰਦੇ ਆਪਾਂ ਕੁਆਲਿਟੀ ਹਮੇਸ਼ਾ ਇੱਕੋ ਜਿਹੀ ਕੁਆਲਿਟੀ ਦਿੰਦੇ ਹਾਂ ਦਿਨੇ ਵੀ ਰਾਤ ਨੂੰ ਵੀ ਅਤੇ ਬਾਕੀ ਆਪਣੀ ਤਾਂ ਇਹੀ ਮਨਸ਼ਾ ਰਹਿੰਦੀ ਹੈ ਬੰਦਾ ਖੁਸ਼ ਹੋ ਕੇ ਜਾਵੇ ਅਤੇ ਖੁਸ਼ ਹੋ ਕੇ ਦਸਾਂ ਨੂੰ ਗਾਂ ਹੋਰ ਦੱਸੇ ਜੇ ਉਹਨੂੰ ਆਪਾਂ ਨੂੰ ਸਵਾਦ ਲੱਗੂਗਾ ਤਾਂ ਉਹ ਖੁਦ ਜਾ ਕੇ ਆਪਣੇ ਆਪ ਪ੍ਰਚਾਰ ਕਰੂਗਾ ਅਤੇ ਜੇਕਰ ਆਪ ਨੂੰ ਸਵਾਦ ਨਾ ਲੱਗੂਗਾ ਤਾਂ ਉਹ ਦੂਸਰਿਆਂ ਨੂੰ ਹਟਾਊਗਾ ਆਪਣੀ ਇਹੀ 24 ਘੰਟੇ ਮਨਸ਼ਾ ਰਹਿੰਦੀ ਹੈ ਵੀ ਬੰਦਾ ਖੁਸ਼ ਹੋ ਕੇ ਜਾਵੇ ਖਾਸ ਪਿਆਰ ਆ ਤੁਹਾਡੇ ਨਾਲ ਉਹ ਉੱਧਰੋਂ ਹੀ ਕਹਿੰਦੇ ਵੀ ਇੰਨੇ ਬੰਦਿਆਂ ਦੀ ਕੈਟਰਿੰਗ ਕਰਨੀ ਹੈ ਬਾਈ ਇੰਨੇ ਬੰਦਿਆਂ ਦਾ ਖਾਣਾ ਬਣਾਉਣਾ ਹੈਗਾ ਭੇਜ ਦਿਓ ਤੁਸੀਂ ਉਹਦਾ ਕੀ ਕਾਰਨ ਆ ਵੀ ਉਹਨਾਂ ਦਾ ਇੰਨਾ ਵਿਸ਼ਵਾਸ ਜਿਹੜਾ ਤੁਹਾਡੇ 'ਤੇ ਬਣਿਆ ਹੋਇਆ ਔਰ ਤੁਸੀਂ ਉਹ ਕਹਿੰਦੇ ਵੀ ਜਦੋਂ ਉਹਨਾਂ ਨੂੰ ਕਹਿੰਦੇ ਨਾ ਵੀ ਬੋਝ ਸਾਰਾ ਉਹਦਾ ਭਰਾਵਾਂ ਵਾਲਿਆਂ ਦਾ ਸਾਡਾ ਕੋਈ ਬੋਝ ਨਹੀਂ ਸੀ ਆਰਾਮ ਨਾਲ ਆਉਂਦਾ ਐਸ਼ ਨਾਲ ਜਾਵਾਂਗੇ ਅਤੇ ਆਰਾਮ ਨਾਲ ਸਾਰੀ ਚੀਜ਼ ਮਿਲ ਜੂ ਵੀਰ ਜੀ ਚੱਕਰ ਇਸ ਤਰ੍ਹਾਂ ਜੀ ਆਪਾਂ NRI ਭਰਾਵਾਂ ਵਾਸਤੇ ਟੈਕਸੀ ਵੀ ਵਧੀਆ ਉਪਲਬਧ ਕਰਾਈ ਦੀ ਆ ਉਦੋਂ ਫੋਨ ਕਰ ਦਿੰਦੇ ਆਪਾਂ ਹੁਣ ਵੀ ਟੈਕਸੀ ਏਅਰਪੋਰਟ 'ਤੇ ਭੇਜੀ ਵੀ ਆ ਉਹ ਸਿੱਧੇ ਏਅਰਪੋਰਟ ਤੋਂ ਹੀ ਆਉਂਦੇ ਆ ਉਹਨਾਂ ਨੂੰ ਜਦੋਂ ਜਿਸ ਤਰ੍ਹਾਂ ਦੀ ਵੀ ਲੋੜ ਹੁੰਦੀ ਆ ਆਪਾਂ ਹਰ ਸੁਵਿਧਾ ਉਪਲਬਧ ਕਰਾਉਂਦੇ ਹਾਂ ਵੀਰ ਜੀ ਜਿਸ ਤਰੀਕੇ ਨਾਲ ਲੋਕ ਤੁਹਾਨੂੰ ਪਰਜ਼ੋਰ ਮੰਗਾਂ ਉਹਨਾਂ ਦੀ ਵੀ ਥੋੜ੍ਹਾ ਜਿਹਾ ਪੈਲਸ ਵੀ ਜਿਹੜਾ ਹੈਗਾ ਸਾਨੂੰ ਭਰਾ ਬਣਾ ਕੇ ਦੇ ਕਿਉਂਕਿ ਜਿਸ ਤਰੀਕੇ ਨਾਲ ਕਰੋਨਾ ਤੋਂ ਬਾਅਦ ਵਿੱਚ ਹਾਲਾਤ ਹੋਏ ਆ ਵੀ ਮੈਰਿਜ ਪੈਲਸਾਂ ਤੋਂ ਲੋਕ ਥੋੜ੍ਹਾ ਜਿਹਾ ਕਤਰਾਉਣ ਲੱਗ ਗਏ ਆ ਕੀ ਸੋਚਦੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਭਰਾ ਜਿਹੜੇ ਹੈਗੇ ਆ ਉਹ ਲੋਕਾਂ ਦੇ ਲਈ ਇਹ ਸੁਵਿਧਾ ਵੀ ਲੈ ਕੇ ਆਉਣਗੇ ਕਿੱਟੀ ਹਾਲ ਦੀ ਵੀ ਸੁਵਿਧਾ ਲੈ ਕੇ ਆਉਣਗੇ ਔਰ ਕੋਈ ਬੰਦੇ ਨੇ ਕੋਈ ਛੋਟੀ ਮੋਟੀ ਪਾਰਟੀ ਕਰਨੀ ਉਹਦੇ ਨਾਲ ਵੀ ਅਟੈਚ ਹੋ ਜਾਂਦੇ ਵੀਰ ਜੀ ਬਸ ਉਹ ਵੀ ਪ੍ਰੋਜੈਕਟ ਚੱਲ ਰਿਹਾ ਬਿਹਤਰੀ ਲੱਗੇ ਹੋਏ ਆ ਬਸ ਉਹ ਵੀ ਇਸ ਪਾਸੇ ਇਹ ਅਸੀਂ ਬਣਾਉਂਦੇ ਹਾਂ ਹਾਲ ਬਣਾਉਣਾ ਤਕਰੀਬਨ 200 ਤੋਂ 60 ਫੁੱਟ ਦਾ ਇੱਕ ਪਾਸੇ ਨੂੰ 200 ਫੁੱਟ 60 ਫੁੱਟ ਦਾ ਹਾਲ ਤਿਆਰ ਕਰਨ ਲੱਗੇ ਹਾਂ ਬਸ ਹੋਰ ਦੋ ਤਿੰਨ ਮਹੀਨਿਆਂ ਦੇ ਵਿੱਚ ਤਿਆਰ ਕਰ ਦਿਆਂਗੇ ਉਹ ਵਿੱਚ ਬਹੁਤ ਜੋ ਵੀਰਾਂ ਦੀ ਜ਼ੋਰ 'ਤੇ ਮੰਗਦੇ ਹੀ ਆਪਾਂ ਕਰਦੇ ਹਾਂ ਵੀਰ ਜੀ ਆਮ ਤੌਰ 'ਤੇ ਦੇਖਿਆ ਗਿਆ ਕਿ ਜਿਹੜੇ ਮਾਲਕ ਹੈਗੇ ਆ ਉਹ ਅਗਲੇ ਅੰਦਰ ਬੈਠੇ ਹੁੰਦੇ ਆ ਪਰ ਅਸੀਂ ਦੇਖਿਆ ਹੁਣ ਤੁਸੀਂ ਉੱਪਰ ਵੀ ਤੁਸੀਂ ਖੜ੍ਹੇ ਸੀ ਆਪ ਮੈਸੀਨਾਂ ਨਾਲ ਲੱਗੇ ਹੋਏ ਸੀਗੇ ਨੀਚੇ ਆਪ ਮਤਲਬ ਹਰੇਕ ਬੰਦੇ ਨੂੰ ਚੀਜ਼ ਫੜਾਉਣ ਤੱਕ ਜਾਂਦੇ ਹੋ ਤੁਸੀਂ ਔਰ ਕਦੇ ਵੀ ਹੋ ਨਹੀਂ ਵੀ ਭਰਾ ਜਿਹੜੇ ਹੈਗੇ ਉਹ ਬਦਲ ਗਏ ਉਹ ਭਰਾ ਉਹੀ ਭਰਾਵਾਂਗਾ ਮਤਲਬ ਭਰਾ ਹੀ ਹਾਂਜੀ ਵੀਰ ਜੀ ਆਪਾਂ ਕਦੇ ਵੀ
ਕਦੇ ਵੀ ਆਪਾਂ ਇਹ ਨਹੀਂ ਸੋਚਿਆ ਵੀ ਇਹ ਮੇਰੇ ਵਰਕਰ ਆ ਅਤੇ ਮੈਂ ਇਹਨਾਂ ਤੋਂ ਹੀ ਕਰਾਵਾਂ। ਆਪਾਂ ਵਰਕਰਾਂ ਦੇ ਨਾਲ ਵੀ ਆਪਦਾ ਨਾਲ ਮਿਲ ਕੇ ਚੱਲੀਦਾ ਅਤੇ ਆਪਣੇ ਨਾ ਹੀ ਆਪਾਂ ਕਦੇ ਇਹ ਸੋਚਿਆ ਵੀ ਯਾਰ ਮੈਂ ਕਿਉਂ ਫੜਾਵਾਂ ਜਾਂ ਮੈਂ ਕਿਵੇਂ। ਆਪਾਂ ਸਾਰਿਆਂ ਤੋਂ ਬੈਸਟ ਇਹੀ ਵੇਖਦੇ ਹਾਂ ਵੀ ਆਪਣਾ ਗਾਹਕ ਖੁਸ਼ ਹੋ ਕੇ ਜਾਵੇ ਜੀ। ਆਪਣਾ ਗਾਹਕ ਖੁਸ਼ ਆ ਤਾਂ ਰੱਬ ਆ, ਜਾਣੀ ਕਿ ਗਾਹਕ ਨੂੰ ਰੱਬ ਦਾ ਰੂਪ ਹੀ ਹੁੰਦਾ ਜੀ। ਜੇ ਗਾਹਕ ਖੁਸ਼ ਆ ਤਾਂ ਰੱਬ ਖੁਸ਼ ਆ, ਪਰਮਾਤਮਾ ਖੁਸ਼ ਆ ਤਾਂ ਆਪਣੇ ਆਪ ਦਿਆ ਰਹਿੰਦੀ ਹੈ ਜੀ। ਦਰਸ਼ਕੋ, ਜਿੱਦਾਂ ਆਪਾਂ ਗੱਲ ਕਰ ਰਹੇ ਹਾਂ ਵੀਰ ਜੀ ਦੇ ਨਾਲ, ਇਹ ਇਕੱਲਾ ਡਰਾਈਵਰ ਭਰਾਵਾਂ ਦੇ ਲਈ ਜਾਂ ਸਵਾਰੀਆਂ ਦੇ ਲਈ ਜਾਂ ਆਮ ਲੋਕਾਂ ਦੇ ਲਈ ਨਹੀਂ, ਇਹਦੇ ਨਾਲ ਇਹਨਾਂ ਨੇ ਬਹੁਤ ਵਧੀਆ ਫੈਮਿਲੀ ਹਾਲ ਜਿਹੜੇ ਹੈਗੇ ਆ ਲੋਕਾਂ ਦੀ ਸੇਵਾ 'ਚ ਹਾਜ਼ਰ ਕੀਤੇ ਹੋਏ ਆ। ਵੀਰ ਜੀ, ਫੈਮਿਲੀ ਹਾਲ ਬਾਰੇ ਕੀ ਕਹਿਣਾ ਚਾਹੋਗੇ ਕਿ ਫੈਮਿਲੀ ਹਾਲ 'ਚ ਬੰਦਾ ਫੈਮਿਲੀ ਨਾਲ ਆ ਕੇ ਜੀ ਹੋ ਕੇ ਆਰਾਮ ਨਾਲ ਖਾਣਾ ਖਾ ਸਕਦਾ? ਹਾਂਜੀ ਵੀਰ ਜੀ, ਫੈਮਿਲੀ ਹਾਲ ਆਪਣੇ ਕੋਲ ਅਲੱਗ ਅਲੱਗ ਹੀ ਆ, ਅਲੱਗ ਅਲੱਗ ਰੂਮ ਬਣਾਏ ਹੋਏ ਆ। ਫੈਮਿਲੀ ਹਾਲ ਆਪਣਾ ਆਪਣਾ ਪਰਿਵਾਰ ਲੈ ਕੇ ਬੰਦਾ ਬੈਠ ਸਕਦਾ ਆਰਾਮ ਨਾਲ, ਉਹਨੂੰ ਕੋਈ ਪਰੇਸ਼ਾਨੀ ਨਹੀਂ ਆਉਂਦੀ, ਇੱਥੇ ਕੋਈ ਦਿੱਕਤ ਨਹੀਂ ਆਉਂਦੀ। ਬਾਕੀ ਇੱਥੇ ਕੋਈ ਦਾਰੂ ਸ਼ਰਾਬ ਵਾਲਾ ਬੰਦਾ ਨਹੀਂ ਹੁੰਦਾ, ਕੋਈ ਹੁੱਲੜਬਾਜ਼ੀ ਨਹੀਂ ਕਰਦਾ। ਫੈਮਿਲੀ ਹਾਲ ਦੇ ਵਿੱਚ ਆਰਾਮ ਨਾਲ ਬੰਦਾ ਬਹਿ ਕੇ ਆਪਣਾ ਆਪਣੇ ਪਰਿਵਾਰ ਨਾਲ ਬਹੁਤ ਖੁਸ਼ੀ ਖੁਸ਼ੀ ਰੋਟੀ ਖਾਂਦਾ ਜੀ। ਵੀਰ ਜੀ, ਵਾਈਟ ਮੱਖਣ ਦੀ ਗੱਲ ਕਰ ਲਈਏ, ਪਨੀਰ ਦੀ ਗੱਲ ਕਰ ਲਈਏ, ਦੁੱਧ ਦੀ ਗੱਲ ਕਰ ਲਈਏ, ਤਾਂ ਕੀ ਇਹੀ ਤੁਹਾਡੇ ਕਲਿੰਗ ਐਕਸਟੈਂਟਾਂ ਵੀ ਤੁਹਾਡੇ ਮੱਝਾਂ ਆਪਦੀਆਂ ਰੱਖੀਆਂ ਹੋਈਆਂ, ਟੈਕਸੀ ਤੁਸੀਂ ਆਪ ਦੇ ਦਿੰਦੇ ਹੋ, ਪਾਣੀ ਗਰਮ ਦਾ ਤੁਸੀਂ ਆਪ ਦੇ ਉੱਤੇ ਸੋਚਦੇ ਵੀ ਯਾਰ ਮੈਨੂੰ ਜੇ ਮੈਂ ਕਿਤੇ ਜਾਵਾਂ ਠੰਡਾ ਪਾਣੀ ਮੈਨੂੰ ਮਿਲੇ, ਵੀ ਇਹੀ ਕਾਰਨ ਹੈ ਵੀ ਇਹ ਜਿਹੜਾ ਭਰਾਵਾਂ ਦਾ ਢਾਬਾ ਹੈਗਾ ਲੋਕਾਂ ਨਾਲ ਅਟੈਚ ਹੋ ਕੇ ਚੱਲ ਰਿਹਾ, ਗਰਮ ਪਾਣੀ ਦੀ ਸੁਵਿਧਾ ਹੈਗੀ ਆ, ਫਲੱਸ਼ ਬਾਥਰੂਮ ਤੁਸੀਂ ਰੋਜ਼ ਆਪ ਚੈੱਕ ਕਰਵਾਉਂਦੇ ਹੋ ਵੀ ਭਾਈ ਇਹਦੇ ਵਿੱਚ ਕਿਤੇ ਗੰਦ ਨਾ ਹੋਵੇ, ਜਿਹਦੇ ਨਾਲ ਲੋਕਾਂ ਨੂੰ ਬਾਥਰੂਮ ਜਾਣ 'ਚ ਜਾਂ ਫਲੱਸ਼ ਜਾਣ 'ਚ। ਆਮ ਤੌਰ 'ਤੇ ਦੇਖਿਆ ਗਿਆ ਕਿ ਜਿਹੜੇ ਹਾਈਵੇ ਢਾਬਾ ਹੈਗੇ ਉੱਥੇ ਫਲੱਸ਼ਾਂ ਬਾਥਰੂਮਾਂ ਦੀ ਜਿਹੜੀ ਕਈ ਵਾਰੀ ਪ੍ਰੋਬਲਮ ਰਹਿੰਦੀ ਵੀ ਜੀ, ਫਲੱਸ਼ਾਂ ਬਾਥਰੂਮਾਂ 'ਤੇ ਆਪਣੇ ਸਪੈਸ਼ਲ ਬੰਦੇ ਰੱਖੇ ਹੋਏ ਆ ਜੀ, ਅਤੇ ਸਫਾਈ ਕਰਨ ਵਾਸਤੇ 24 ਘੰਟੇ ਉਪਲਬਧ ਰਹਿੰਦੇ ਆ। ਬਾਕੀ ਦੂਸਰਾ ਲੇਡੀਜ਼ ਬਾਥਰੂਮ ਵੱਖਰੇ ਆ, 5 ਬਾਥਰੂਮ ਲੇਡੀਜ਼ ਆ, 5 ਬਾਥਰੂਮ ਜੈਂਟਸ ਆ, ਵੱਖਰੋ ਵੱਖਰਾ ਸਿਸਟਮ ਆ ਜੀ। ਬਾਕੀ ਸਾਡੇ ਹਮੇਸ਼ਾ ਇਹੀ ਸੁਵਿਧਾ ਰਹਿੰਦੀ ਆ, ਸੋਚ ਰਹਿੰਦੀ ਆ ਵੀ ਬੰਦਾ ਆਵੇ ਅਤੇ ਬੰਦੇ ਨੂੰ ਪੂਰਾ ਸਾਫ਼ ਸੁਥਰਾ ਮਾਹੌਲ ਮਿਲੇ ਅਤੇ ਖੁਸ਼ੀ ਖੁਸ਼ੀ ਬੰਦਾ ਆ ਕੇ ਵਿਜ਼ਿਟ ਕਰੇ ਅਤੇ ਆ ਕੇ ਦੇਖੇ, ਅਤੇ ਫਿਰ ਹੀ ਉਹ ਜਦੋਂ ਆ ਕੇ ਬੰਦਾ ਵੇਖਦਾ ਅਤੇ ਫਿਰ ਹੀ ਪਤਾ ਲੱਗਦਾ। 2021 ਚੜ੍ਹਨ ਵਾਲਾ, 2020 ਜਿਹੜਾ ਬੜਾ ਹੀ ਔਖਾ ਭਰਿਆ ਕਿਸਾਨਾਂ ਦੇ ਲਈ, ਕਰੋਨਾ ਦੇ ਐਪੀਡੈਮਿਕ 'ਚ ਬਹੁਤ ਲੋਕ ਮਰੇ ਆ, ਕੀ ਕਹੋਗੇ ਕਿ 2021 ਨੂੰ ਤੁਸੀਂ ਸਵਾਗਤ ਕਰਦੇ ਹੋ? ਔਰ ਭਰਾ, ਜਿਹੜੇ 2020 'ਚ ਵੀ ਉਹਨਾਂ ਨੇ ਸੇਵਾ ਪੂਰੀ ਜਾਰੀ ਰੱਖੀ, ਕਰੋਨਾ ਦੇ ਐਪੀਡੈਮਿਕ ਦੇ ਵਿੱਚ ਵੀ ਬੜਾ ਧਿਆਨ ਰੱਖਿਆ ਗਿਆ ਤੁਹਾਡਾ, ਇੱਥੇ ਸੈਨੇਟਾਈਜੇਸ਼ਨ ਦਾ, ਹੋਰ ਚੀਜ਼ਾਂ ਦਾ, ਅਤੇ 2021 ਦੇ ਵਿੱਚ ਹੋਰ ਨਵੀਆਂ ਚੀਜ਼ਾਂ ਲੈ ਕੇ ਭਰਾਵਾਂ ਦੇ ਢਾਬਿਆਂ ਲਿਆਉਂਗੇ? ਹਾਂਜੀ ਵੀਰ ਜੀ, ਆਪਣੀ ਸੋਚ ਤਾਂ ਇਹੀ ਰਹਿੰਦੀ ਆ ਵੀ 24 ਘੰਟੇ 2021 ਵੀ ਖੁਸ਼ੀਆਂ ਭਰਾ ਆਵੇ ਅਤੇ ਸਭ ਲਈ ਖੁਸ਼ੀਆਂ ਵਰਤੇ। 2020 ਦੇ ਵਿੱਚ ਤਾਂ ਤੁਹਾਨੂੰ ਪਤਾ ਹੀ ਹੈ ਕਿ ਸਭ ਹਰ ਇੱਕ ਬੰਦਾ ਹੀ ਦੁਖੀ ਰਿਹਾ, ਪ੍ਰੋਬਲਮ ਰਹੀ ਆ ਉਹਨੂੰ, ਪਰ ਆਪਾਂ 2021 'ਚ ਪਰਮਾਤਮਾ ਅੱਗੇ ਇਹੀ ਦੁਆ ਕਰਦੇ ਹਾਂ ਕਿ ਹਰ ਬੰਦਾ ਸੁੱਖ ਦਾ ਸਾਹ ਲਵੇ ਅਤੇ ਉਹਨੂੰ ਵਧੀਆ ਜੀਵਨ ਬਤੀਤ ਕਰੇ ਆ। ਔਰ ਅਸੀਂ ਇਹ ਵੀ ਸੋਚੀਏ ਵੀ ਜਿਹੜਾ ਲੋਕਾਂ ਦੇ ਲਈ ਇੱਕ ਗਿਫਟ ਦੇ ਤੌਰ ਦੇ ਉੱਤੇ ਲੈ ਕੇ ਆ ਰਹੇ ਹੋ, ਬਹੁਤ ਵਧੀਆ ਹਾਲ ਜਿਹੜਾ ਹੈਗਾ ਉਹ ਵੀ ਬਣਿਆ ਹੋਊਗਾ ਕਿੱਟੀ ਹਾਲ, ਔਰ ਲੋਕ ਆਪਦਾ ਬਰਥਡੇ ਪਾਰਟੀਆਂ ਹੋਰ ਪਾਰਟੀਆਂ ਜਿਹੜੀਆਂ ਹੈਗੀਆਂ ਆਉਣ ਵਾਲੇ ਸਮੇਂ 'ਚ ਇੱਥੇ ਆ ਕੇ ਵਧੀਆ ਤਰੀਕੇ ਨਾਲ ਕਰ ਸਕਦੇ? ਹਾਂਜੀ ਵੀਰ ਜੀ, ਇਹ ਦੋ ਕੁ ਮਹੀਨੇ ਦੇ ਵਿੱਚ ਅਸੀਂ ਤਿਆਰ ਕਰ ਦਿਆਂਗੇ। ਬਾਕੀ ਮਹਾਰਾਜ ਦੀ ਉੱਤੇ ਦਇਆ ਚਾਹੀਦੀ ਹੈ ਪਰਮਾਤਮਾ ਦੀ, ਬਾਕੀ ਆਉਣ ਵਾਲੇ ਸਮੇਂ ਦੇ ਵਿੱਚ ਤਕਰੀਬਨ ਇਸ ਤੋਂ ਵੱਧ ਹੀ ਕਰਾਂਗੇ। ਥੈਂਕ ਯੂ ਬਾਈ ਜੀ।